حميسني يا رب الحسين بحق الحسين اشفي صدر الحسين بزبور المسجد القائم على مجلس ہزار ذکر مقدس محنت و انسرام خرچ خراجات کی قبولیت اپنی اپنی حاجت روائی بانیان مجلس دے وسعت رزق کی خاطر صلوات اس محفل ادائش جتنے مومنین مومنات سنشی اپنی مریض نے جملہ بیماروں کی صحت یابی جتنے بھی اولاد نے اولاد واسطے ایک صلوات مل کے اپنے اپنے مرحومین یاد فرماؤ بانیان دے خاندان دے جتنے مرحومین جا چکے اس نگری اس بستی دے جتنے مرحومین جا چکے تمام دے سارے صلوات واسطے صلوات عدیت یاد بنائے گا
ਤੋ ਇਹਨਾਂ ਦੀਆਂ ਯਾਦਾਂ ਬਾਕੀ ਰਹਿ ਜਾਣਗੀਆਂ। ਇਹਨਾਂ ਤੋਂ ਨਵੀਆਂ ਦੀ ਯਾਦ ਫਰਮਾਇਆ ਸਵਾ ਲੱਖ ਚੋਂ ਇਹਨਾਂ ਦੋਵਾਂ ਨੇ ਦਿਨ ਦੀ ਯਾਦ ਬਣਾਇਆ। ਮਾਲਕ ਇਹਨਾਂ ਦੀ ਯਾਦ ਕਿਉਂ ਬਣਾਵਾਂ? ਫਰਮਾਇਆ ਮੇਰਾ ਮਤਲਬ ਇਹਨਾਂ ਦੋ ਨਵੀਆਂ ਮੇਰੇ ਰਸਤੇ ਚ ਕੁਰਬਾਨੀ ਦਿੱਤੀ। ਨਿਕਾਹ ਦੇ ਬਾਅਦ ਵੀ ਜ਼ੌਜਾ ਉਸ ਵਕਤ ਤੱਕ ਹਲਾਲ ਨਹੀਂ ਹੁੰਦੀ ਜਦ ਤੱਕ ਹੱਥ ਮਾਰ ਨਾ ਦਿੱਤਾ।
ਸ਼ਰੀਅਤ ਤੇ ਮੁਹੰਮਦੀ ਵਿੱਚ ਹੱਥ ਮਾਰ ਦੇਣਾ ਵੀ ਔਰਤ ਦਾ ਹੱਕ ਨਿਕਾਹ ਹੋ ਚੁੱਕਾ ਹੈ ਨਿਕਾਹ ਦੇ ਟਾਈਮ ਹੱਕ ਮਾਰ ਨਾ ਦਿਓ ਸੌਜਾ ਹਲਾਲ ਹੀ ਨਹੀਂ ਔਰ ਆਪਣੀਆਂ ਮਾਵਾਂ ਭੈਣਾਂ ਦੀਆਂ ਵਾਸਤੇ ਪੈਗਾਮ ਹੈ ਮਾਦਸ਼ਾਹ ਫਰਮਾ ਰਹੇ ਨੇ ਮਾਸੂਮ ਇਮਾਮ ਦਾ ਫਰਮਾਨ ਹੈ ਜਿਸ ਔਰਤ ਦਾ ਹੱਕ ਮਾਰ ਥੋੜਾ ਹੋਏ ਉਹ ਖੁਸ਼ਕਿਸਮਤ ਹੋਈ ਜਿਤਨਾ ਰੱਖੇ ਉਸਦਾ ਦੇਣਾ ਵਾਜਬ ਮਾਫ਼ ਕਰਦੇ ਰਜ਼ਾਮੰਦੀ ਨਾਲ ਤੇ ਵਾਜਬ ਚੱਲ ਗਿਆ ਅੰਡਰ ਪ੍ਰੈਸ਼ਰ ਪ੍ਰੈਸ਼ਰਾਈਜ਼ ਕਰਕੇ ਮਾਫ਼ ਕਰਾਓਗੇ ਸੌਜਾ ਹਲਾਲ ਨਹੀਂ ਹੋਣੀ ਆਵਾਜ਼ ਕੁਰਤੀ ਜਾ ਬਈ ਜਿਬਰੀ ਲਾ ਆਦਮ ਨੂੰ ਹੱਕ ਮਾਰ ਅਦਾ ਕਰ ਜਨਾਬ ਆਦਮ ਫਰਮਾਇਆ ਮਾਲਕ ਪੈਸੇ ਹੈ ਨਹੀਂ ਕੋਈ ਕੰਮ ਲੱਗੇ ਕੋਈ ਨਹੀਂ ਤਮਾ ਲੱਗੇ ਕੋਈ ਬਚਤ ਦੇ ਦੋ ਜੇ ਖਾਲੀ ਮੇਰਾ ਨਾਮ ਮੈਂ ਹੱਕ ਮਾਰ ਕਿੱਥੋਂ ਦੇਵਾਂ ਫਰਮਾਇਆ ਚਾਹੁੰਦੇ ਸੌਜਾ ਬਾਬਾ ਹਲਾਲ ਹੋ ਜੇ ਜੀ ਚਾਹੁੰਦਾ ਲੇਕਿਨ ਮੇਰੇ ਕੋਲ ਕੋਈ ਸ਼ੈ ਨਹੀਂ ਦੇ ਫਰਮਾਇਆ ਕੁਝ ਨਹੀਂ ਆਲੇ ਮੁਹੰਮਦ ਤੇ ਪੰਜ ਦਫ਼ਾ ਦਰੂਦ ਪੜ੍ਹ ਦੇ ਤੇਰਾ ਹੱਕ ਮੇਰੇ ਸੁਣੀ ਭਾਈ ਤੁਹਾਡੇ ਤੱਕ ਹੱਥ ਪਹੁੰਚਾਇਆ ਨਹੀਂ ਗਿਆ
ਤੁਹਾਡੇ ਨਾਲ ਕੀ ਪ੍ਰੋਬਲਮ ਹੈ? ਤੁਹਾਡੀ ਪ੍ਰੋਬਲਮ ਇਹ ਕਿ ਮੌਲਵੀ ਤੁਹਾਡਾ ਸਾਡਾ ਲਾਮ ਨਹੀਂ ਦਿੰਦਾ, ਆਪ ਸੇ ਜੀ ਦਸਤਾ ਕਰ نبی چھوٹے تو چھوٹا بھی سردار ہے، صحابی بڑے تو بڑا بھی نبی کا نوکر ہے۔ اسی دشمن نہیں صحابہ دے، غلط کلیم کے ساتھ تے جی شیعہ گالی کٹدے نے، استغفر اللہ، امام حسین دے بیٹے مجلس باوجو کرا کے اسی گاڑا واسطے ممبر سجدے تے ہوا سبحان سچے سچے سی کیوں زبان صحابہ کرم دی والی دے اے وچ پرابلم دی کی دل مولوی دی شکنا کے صندوق کی سبا لکھ معصوم انبیاء جو صرف دو نبی تے درود ہے، یا تو رحمۃ اللہ علیہ آدم تے درود کو نہیں، نوح تے کو نہیں، موسیٰ تے کو نہیں، عیسیٰ تے کو نہیں، یعقوب تے کو نہیں، یوسف تے کو نہیں۔ یہ مطلب ہے نبی بڑا ہوندا ہے صحابی کمپیریزن اگر کیتا جائے تے نبی سردار ہے صحابہ لے جے ساڈے کول کرو صحابہ تے پڑھوانے نا تو باقی نبیاں تے پڑھ میں صحابی تے جڑے بندے آل صحابی کوئی نہیں، پھر تو مطمئن ہو آلے کا دے بعد صحابی
چلو انج نہیں تے پھر انج سمجھ لو جی جدے جدے تے درود پڑھنا ہی نا اودی اودی قربانی یا منا وچ بھی کھانی ہے ایک قربانی والے جڑے درود والے نے وہ کٹ سکدے نے نس نہیں سکدے چپیاں سدا کر لیتے انہیں آخر نہ پتھر سمجھ کے مارے
ਨਾ ਪੱਥਰ ਸਮਝ ਕੇ ਚੁਣੇ, ਪੱਥਰ ਨਾ ਵੇਖ ਨਿਸਬਤ ਵੇਖ, ਤਰੋਂ ਦੀ ਨਿਸਬਤ ਸ਼ੈਤਾਨ ਨਾਲ ਵੇਖ, ਹਜਰੇ ਅਸਵਦ ਦੀ ਨਿਸਬਤ ਰਹਿਮਾਨ ਨਾਲ ਵੇਖ। ਇਹਦਾ ਮਤਲਬ ਹੈ ਉੱਥੇ ਜਾ ਕੇ ਨਿਸਬਤ ਵੇਖੀ ਆ, ਅਸੀਂ ਗਾਜ਼ੀ ਦਾ ਅਲਮ ਚੁਣੇ ਆ, ਵਾਏ ਪਾਸ ਨੂੰ ਬੋਸੇ ਦਿੰਦੇ ਹੋ, ਵਾਏ ਦੋ ਗੱਲ ਦਾ ਕੱਪੜਾ ਲਿਆ, ਹੁਣ ਕੱਪੜਾ ਨਾ ਨਾ ਵੇਖ ਨਿਸਬਤ ਵੇਖ। ਮੈਂ ਜਿਤਨਾ ਪੜ੍ਹ ਬੈਠਣਾ ਜ਼ਿਮੀਦਾਰ ਚੰਗਾ ਉਹ ਹੁੰਦਾ ਜਿਹੜੀ ਵੱਢ ਲੇ ਉਹ ਬੰਨ ਲੇ, ਹਨੇਰੀ ਕਰੇ ਗਿਆ ਵੇ ਤਾਂ ਉੜ ਜਾਂਦੀ। ਜਿਤਨਾ ਮੈਂ ਪੜ੍ਹ ਬੈਠਾ ਸਵੇਰ ਸਵਾ ਲੱਖ ਚੋਂ ਦੋ ਨਵੀਆਂ ਨਾਲ ਕਰ, ਇੱਕ ਦੀ ਅਸੀਂ ਮਿਲਤ ਆ, ਇੱਕ ਦੀ ਅਸੀਂ ਸਵਾ ਲੱਖ ਚੋਂ ਦੋ ਨਵੀਆਂ ਦੇ ਦੋ, ਇੱਕ ਮਿਲਤ ਰਹੇ ਤੇ ਇੱਕ ਉਮਰ। ਸਵਾ ਲੱਖ ਚੋਂ ਦੋ ਨਵੀਆਂ ਦੀ ਯਾਦ ਆ ਰਹੀ ਆ, ਜਾਂ ਮੈਂ ਨਾ ਲਿਆ ਦੀ ਜਾਂ ਬਿਆਨ ਮੇਰਾ ਮੁੱਕਿਆ ਦੇ। ਇਹ ਸਵਾ ਲੱਖ ਚੋਂ ਇਹ ਦੋ ਨਵੇਂ ਨੇ ਜਿਨ੍ਹਾਂ ਦੇ ਜਾਨਵਰਾਂ ਦੀਆਂ ਛਬੀਆਂ ਬਣਾਉਣਾ ਤੇ ਮੇਰੀ ਪੂਰੀ ਨਿੱਜੀ ਕੀਤੀ, ਮੇਰੀ ਪੂਰੀ ਗੁਫ਼ਤਗੂ ਇੱਕ ਪਾਸੇ ਹੈ ਯਾ ਇਬਰਾਹੀਮ ਵਾਲੇ ਇਬਰਾਹੀਮ ਦੇ ਜਾਨਵਰ ਦੀ ਛਬੀ ਹੈ, ਯਾ ਮੁਹੰਮਦ ਵਾਲੇ ਮੁਹੰਮਦ ਦੇ ਜਾਨਵਰ ਦੀ ਛਬੀ ਹੈ, ਯਾ ਦਸ ਜ਼ਿਲ ਹਜਾ ਦੀ ਛਬੀ ਹੈ, ਯਾ ਦਸ ਮੁਹਰਮ ਵਾਲੇ ਦੀ ਛਬੀ, ਯਾ ਮਿਨਾਰ ਦੀ ਛਬੀ ਹੈ। ਬੋਲੋ ਜੀ, ਮੈਂ ਕਿਆ ਕਰਦਾ, ਮੈਂ ਹੀ ਸਮੇਟ ਲੈ ਗੱਲ ਮੈਂ ਕੀਤੀ ਦਲੀਲ ਮੈਂ ਦਿੰਦਾ, ਤੂੰ ਸਿਰਫ ਤਵੱਜੋ ਰੱਖਣੀ। ਇਹ ਜਿਹਨਾਂ ਦੋ ਨਬੀਆਂ ਨਾਲ ਸਾਡਾ ਤਰ ਲੱਗਿਆ, ਇਹਨਾਂ ਦੋ ਨਬੀਆਂ ਦੇ ਵਾਕਿਆਤ ਵਿੱਚ ਇੱਕ ਜਾਨਵਰ ਸ਼ਾਮਲ ਹੈ, ਦਸ ਜ਼ਿਲ ਹਜ ਦੇ ਵਾਕਿਆ ਦੇ ਜਾਨਵਰ ਜਿਹੜਾ ਸ਼ਾਮਲ ਹੈ ਉਹਦਾ ਨਾਮ ਬੱਕਰਾ ਜਾਂ ਦੁੰਬਾ ਹੈ, ਦਸ ਮੁਹਰਮ ਦੇ ਵਾਕਿਆ ਜਿਹੜਾ ਜਾਨਵਰ ਸ਼ਾਮਲ ਹੈ ਉਸਦਾ ਨਾਮ ਘੋੜਾ ਜਾਂ ਸੁਲਝਣਾ, ਉਹ ਵੀ ਇੱਕ ਨਬੀ ਦੇ ਪੁੱਤਰ ਨਾਲ ਮਨਸੂਬ ਹੈ, ਇਹ ਵੀ ਇੱਕ ਨਬੀ ਦੇ ਬੇਟੇ ਨਾਲ ਮਨਸੂਬ ਹੈ। ਉਹਨਾਂ ਦਾ ਜਾਨਵਰ ਬੱਕਰਾ, ਇਹਨਾਂ ਦਾ ਜਾਨਵਰ ਘੋੜਾ, ਉਹਨਾਂ ਦਾ ਦੁੰਬਾ ਅੱਜ ਅਸਰ ਨਹੀਂ ਉਹਦੀ ਵੀ ਲੰਗਰ, ਇਹਨਾਂ ਦਾ ਘੋੜਾ ਅੱਜ ਅਸਰ ਨਹੀਂ ਉਹਦੀ ਵੀ ਲੰਗਰ। ਨਕਲ ਨੂੰ ਅਰਬੀ ਜ਼ੁਬਾਨੀ ਛਬੀ ਆਖਿਆ, ਅਸਲ ਦੀ ਨਕਲ ਨੂੰ ਛਬੀ, ਨਕਲ ਯਾ ਮਿਨਾਰੇ ਦੇ ਜਾਨਵਰ ਦੀ ਛਬੀ, ਨਕਲ ਯਾ ਕਰਬਲਾ ਦੇ ਜਾਨਵਰ। ਅੱਜ ਇਮਾਮ ਹੁਸੈਨ ਦਾ ਸੁਲਝਣਾ ਆਉਣਾ ਜੀ, ਹੁਣ ਮੈਂ ਨਕਲ ਕਰਾਂ ਦੇ ਵਿੱਚ ਬਾਤ ਪੜ੍ਹਨਾ, ਮੈਂ ਸਹੀ ਤੋਂ ਦੋ ਇਮਾਰ ਖਰ ਨੂੰ ਜਿੱਦੀ ਗਿਆ ਚੱਲ ਲਓ ਜੀ। ਸਾਡੇ ਅੱਗੇ ਰਹਿੰਦੇ ਸੁਨੂਰ ਭਾਈ ਇਤਰਾਜ਼ ਕਰਨਗੇ, ਯਾਰ ਸ਼ੀਆ ਮਹਿਫਲ ਚੰਗੀ ਕਰਾਉਂਦੇ ਨੇ, ਕਹਿੰਦਾ ਇਹਨਾਂ ਦੇ ਜ਼ਾਕਰ ਚੰਗੀਆਂ ਕਰਦੇ ਨੇ, ਤੇ ਅਖੀਰ ਦੇ ਘੋੜਾ ਨਾ ਕੱਟਣ ਦੇ ਜੀ, ਉਹ ਅਸਲ ਕੋਈ ਨਕੁੰਕਰ ਨਹੀਂ। ਹੁਣ ਇਤਰਾਜ਼ ਅਸੀਂ ਇਮਾਮ ਹੁਸੈਨ ਨੂੰ ਚੋਖਾ ਮੰਨਦੇ ਹਾਂ, ਇਹਦੇ ਵੈਦ ਨੂੰ ਕੌਣ ਨਹੀਂ ਮੰਨਦਾ, ਲੇਕਿਨ ਇਹ ਜਿਹੜਾ ਇੱਥੋਂ ਆਉਂਦੇ ਨੇ ਲੁੱਟਣ ਤੋਂ ਘੋੜਾ ਆਉਂਦੇ ਨੇ, ਇਹਦੀ ਇੱਜ਼ਤ ਨਹੀਂ ਹੋਈ ਸਾਡੇ ਕੋਲ ਨਹੀਂ, ਕਰਬਲਾ ਲਿਆ ਪਰ ਇਮਾਮ ਹੁਸੈਨ ਆ ਲਿਆ, ਅਸੀਂ ਉਹਦੇ ਪੈਰਾਂ ਦੀ ਖਾਲ ਥੱਪੜ ਦਾ ਸੁਰ ਮੰਗਾ, ਇਹ ਹੁਣ ਪੂਰੇ ਵਾਲੇ ਘੋੜਾ ਲੈ ਆਉਂਦੇ ਨੇ, ਪਤਾ ਨਹੀਂ ਉਹ ਚਾਕੀ ਚੋਂ ਲੈ ਆਉਂਦੇ ਨੇ, ਅੰਦਰ ਵਾੜ ਕੇ ਰੰਗ ਸ਼ੰਗ ਲਾ ਕੇ ਚਾਦਰਾਂ ਚਾਦਰਾਂ ਤੀਹ ਲਟਕਾ ਬਾਹਰ ਲੈ ਕੇ ਪੂਜਾ ਫਿਰੋ ਤੋਬਾ ਤੋਬਾ ਝੋਕਿਆਂ ਸਿਆਣਿਆਂ ਉਹ ਲਿਆਓ ਕਰਬਲਾ ਲਾ, ਆਪਸ ਵਿੱਚ ਬੈਠੇ ਹਾਂ ਦੋਵੇਂ ਘਰ ਬੈਠੇ, ਨਾਰਾਜ਼ ਨਹੀਂ ਹੋਣਾ, ਬਹੁਤ ਖੁਦ ਮਾਇੰਡ ਹੋ ਕੇ ਮੇਰੀ ਬਾਤ ਦਾ ਜਵਾਬ ਦੇ ਦੇਣਾ, ਜੇ ਸਾਡੇ ਕੋਲ ਕਰਬਲਾ ਲਿਆ ਤਾਂ ਅਸਲ ਨਹੀਂ ਅਸੀਂ ਲੁੱਟਣ ਚ ਬਣਦੇ ਹਾਂ, ਤੇ ਜਨਾਬ ਦਸ ਦਿਲ ਹਜ ਨੂੰ ਜਿਸ ਲੇਲੇ ਬੱਕਰੇ ਛਤਰੇ ਦੀ ਜਨਾਬ ਕੁਰਬਾਨੀ ਦਿੱਤੀ ਹੈ ਤੁਹਾਡੇ ਕੋਲ ਵੀ ਤੇ ਮਿਨਾ ਲਿਆ ਦਸ ਸਾਲ ਨਹੀਂ, ਤੁਸੀਂ ਵੀ ਤੇ ਬੱਕਰਾ ਮੰਡੀ ਪਾਉਂਦੇ, ਅਸੀਂ ਸੁਰਖ ਰੰਗ ਲੈਂਦੇ ਹਾਂ ਜਨਾਬ ਸੱਤ ਰੰਗ ਲੈਂਦੇ, ਅਸੀਂ ਆਯਾਤ ਕੁਰਾਨੀ ਲਿਖੀ ਉਹਦੀ ਚਾਦਰ ਪਾਉਂਦੇ ਹਾਂ, ਜਨਾਬ ਪੈਰਾਂ ਹੀ ਗੁਰੂ ਪਾ ਲੈਂਦੇ, ਹੁਣ ਆਪ ਅਸੀਂ ਬੈਠੇ ਜਦੋਂ ਅਰਸ਼ਦ ਤੋਂ ਆਏ ਗੁਰੂ ਹਾਰ ਪਾ ਕੇ ਉਹ ਵੀ ਅਸਲ ਦੀ ਨਕਲ, ਇਹ ਵੀ ਅਸਲ ਦੀ ਨਕਲ, ਉਹ ਮਿਲਤ ਵਾਲਿਆਂ ਦਾ ਇਹ ਉਮਤ ਵਾਲਿਆਂ ਦਾ
ਦੀ ਸਵਾਰੀ ਦਾ ਨਾਮ ਜਲਜਲਾ ਸ਼ੀਆ ਸੁਲਜਨਾ ਬਣਾ ਕੇ ਤੇ ਪੁੱਤਰ ਬਿਠਾ ਦਿੰਦੇ ਵੱਡੇ ਬਾਹਰ ਫਿਰ ਸੁਲਜਨਾ ਨੂੰ ਜੀ ਮੇਰੇ ਬੇਟੇ ਦੀ ਸਵਾਰੀ ਸੁਲਜਨਾ ਹੁਸੈਨ ਦੀ ਸਵਾਰੀ ਹੁਸੈਨ ਸ਼ੀਆ ਦਾ ਪੁੱਤਰ ਨਹੀਂ ਹੁਸੈਨ ਉਹ ਵੀ ਨਹੀਂ ਮੇਰੀ ਬਾਤ ਦੀ ਸਮਝ ਆ ਗਈ ਉਹ ਜੀ ਘੋੜਿਆਂ ਦੇ ਪੁਜਾਰੀ ਨੇ ਘੋੜਿਆਂ ਦੇ ਪੁਜਾਰੀ ਹਿੰਦੂ ਗਾਉ ਮਾਤਾ ਨੇ ਸ਼ੀਆ ਘੋੜਾ ਮਾਤਾ ਨੇ ਬਹੁਤ ਹਿੰਦੂਆਂ ਦੀ ਗਾਂ ਮਾਂ ਹੈ ਮਾਤਾ ਪਿਤਾ ਹਿੰਦੀ ਵਿੱਚ ਮਾਤਾ ਮਾਂ ਨੂੰ ਆਉਂਦੇ ਨੇ ਪਿਤਾ ਪਿਓ ਨੂੰ ਇੰਡੀਅਨ ਦੇ ਜਿਹੜੇ ਹਿੰਦੂ ਨੇ ਉਹਨਾਂ ਦੀ ਗਾਉ ਮਾਤਾ ਉਹਨਾਂ ਦੇ ਨਜ਼ਦੀਕ ਗਾਂ ਜ਼ਿਬਾ ਕਰਨਾ ਗਾਂ ਦਾ ਗੋਸ਼ਤ ਖਾਣਾ ਹਰਾਮ ਹੈ ਉਹਨਾਂ ਦੇ ਅਕੀਦੇ ਚ ਗਾਂ ਉਹਨਾਂ ਦੀ ਮਾਂ ਉਹ ਚਾਹੇ ਗਾਂ ਛੋਟੀ ਹੈ ਚਾਹੇ ਵੱਡੀ ਚਿੱਟੀ ਹੈ ਕਾਲੀ ਇੰਡੀਅਨ ਹੈ ਪਾਕਿਸਤਾਨੀ ਗਾਂ ਹੈ ਉਹਨਾਂ ਦੀ ਮਾਂ ਉਹ ਗਾਉ ਮਾਤਾ ਹੈ ਉਹਨਾਂ ਨੇ ਵੇਖਿਆ ਗਾਂ ਹੈ ਜਿੱਥੋਂ ਦੀ ਵੀ ਹੈ ਉਹਨਾਂ ਦੀ ਉਹ ਮਾਂ ਹੈ ਅਸੀਂ ਘੋੜਾ ਮਾਤਾ ਨਹੀਂ ਇੱਕ ਸਾਲ ਬਾਅਦ ਮੁਝੇ ਭਾਈ ਆ ਜੀ ਹਿੰਦੂ ਗਾਉ ਮਾਤਾ ਨੇ ਅਸੀਂ ਸ਼ੀਆ ਘੋੜਾ ਮਾਤਾ ਨੇ ਅਸੀਂ ਹਰ ਘੋੜੇ ਦੀ ਇੱਜ਼ਤ ਨਹੀਂ ਕੀਤੀ ਹਿੰਦੂਆਂ ਹਰ ਗਾਂ ਦੀ ਇੱਜ਼ਤ ਕੀਤੀ ਅਸੀਂ ਸੈਂਸੇਬਲ ਕੌਮ ਹਾਂ ਇਨਸਾਨ ਕੋ ਬੇਦਾਰ ਤੋ ਹੋ ਲੈਣੇ ਦੋ ਹਰ ਕੌਮ ਕੋ ਪਾਰੇਗੀ ਹਮਾਰੇ ਹੈ ਹੁਸੈਨ ਉੱਥੇ ਆਉਂਦੇ ਜਿੱਥੇ ਸ਼ੌਰ ਹੋਵੇ ਖੱਤਰ ਰੱਖਣਾ ਵਿੱਚ ਹੁਸੈਨ ਨਹੀਂ ਜਾਂਦਾ ਜਿੱਥੇ ਸ਼ੌਰ ਹੈ ਉੱਥੇ ਹੁਸੈਨ ਹੈ ਅਸੀਂ ਸੈਂਸੇਬਲ ਲੋਕ ਹਾਂ ਹੁਸੈਨ ਨੂੰ ਮੰਨਣ ਵਾਲੇ ਅਸੀਂ ਅੰਨੇ ਵਾਹ ਹਰ ਘੋੜੇ ਦਾ ਸਲਾਮ ਨਹੀਂ ਕਰਦੇ ਅਸੀਂ ਚੁਣ ਕੇ ਉਹਦਾ ਸਲਾਮ ਕਰ ਰਹੇ ਜਿਹਦੀ ਨਿਸਬਤ ਨਿਵਾਸੇ ਰਸੂਲ ਦੀ ਸਵਾਰੀ ਵਾਲਾ ਹੁਣ ਸੁਣੀ ਕਿਤਨੀ ਹੁਸ਼ੀ ਆ ਮੈਂ ਪਹਿਲੀ ਵਾਰ ਆਇਆ ਜੀ ਬਾਈ ਮੈਨੂੰ ਨਹੀਂ ਜੇ ਪਤਾ ਮੈਂ ਚਿਹਰੇ ਵੇਖਣੇ ਹਕੀਮ ਬਾਬਾ ਜੀ ਨਬਜ਼ ਵੇਖਦਾ ਜ਼ਾਕਰ ਚਿਹਰੇ ਵੇਖਦਾ ਕੌਣ ਕਿੱਥੇ ਪਹੁੰਚਿਆ ਹੁਣ ਮੈਨੂੰ ਬੋਲ ਆਖਣ ਤੇ ਫਿਰ ਬੰਦਾ ਉਮਤੀ ਰਸੂਲ ਦਾ ਬੈਠੇ ਮੇਰੇ ਕੇ ਬੋਲਿਆ ਕਿਉਂ ਨਹੀਂ ਸੁਣਨੀ ਹੈ ਤੂੰ ਆਪਣੇ ਘਰ ਹੈ ਸ਼ਾਹ ਸਹੀ ਹੈ ਤੂੰ ਆਪਣੇ ਘਰ ਮੈਂ ਤੇ ਗੱਲ ਚੋਣ ਕਿਤੇ ਵੰਡਦੀ ਪਿਆ ਕਰਦਾ ਅਸੀਂ ਅੰਨੇ ਵਾ ਅਗਰ ਅਸੀਂ ਹਰ ਘੋੜੇ ਦਾ ਸਲਾਮ ਕਰਦੇ ਤੇ ਟਾਂਗੇ ਅੰਡੇ ਦੇ ਦਿਸ਼ੀਆਂ ਦੇ ਰਾਸ਼ਨ ਫਿਰ ਟਾਂਗੇ ਦੇ ਦਿਸ਼ੀਆਂ ਨਾ ਪੈਂਦੇ ਅੱਗੇ ਘੋੜੇ ਸ਼ਰੀਫ ਹੋਣੇ ਨੇ ਜਿਹਨੇ ਇਹਦਾ ਮਤਲਬ ਹੈ ਹਰ ਘੋੜੇ ਦਾ ਅਸੀਂ ਸਲਾਮ ਨਹੀਂ ਕੀਤਾ ਮੈਂ ਜੁਮਲਾ ਖਾਂ ਜਨਾਬ ਦੇ ਚਿਹਰੇ ਵੇਖਣ ਚੱਕ ਲਿਆ ਜੇ ਅਸੀਂ ਹਰ ਘੋੜੇ ਦਾ ਸਲਾਮ ਨਹੀਂ ਨਾ ਕੀਤਾ ਤੇ ਤੁਸੀਂ ਵੀ ਹਰ ਮੈਂ
ਹੈ ਕਿ ਵਾ ਜਿਹੜਿਆ ਚਿਹਰਾ ਮੇਰਾ ਤੇਰਾ ਕੋਈ ਖਾਂਦਾ ਨਹੀਂ ਲੱਗਦਾ ਮੌਲਵੀ ਨਹੀਂ ਹੈ ਗੱਲਬਾਤ ਆ ਰਹੇ ਤੇ ਆ ਚਾਹ ਪਾਣੀ ਸ਼ੌਕ ਨਹੀਂ ਖਾਣਾ ਸ਼ਾਹ ਤੇ ਉਹ ਅਸੀਂ ਘੋੜਾ ਨਹੀਂ ਨਿਕਲਦੇ ਕਿ ਮੈਨੂੰ ਫਰਮਾ ਕੋਈ ਗੱਲ ਨਹੀਂ ਅਗਰ ਘੋੜਾ ਤੁਹਾਡੇ ਫਰੈਂਡ ਨੂੰ ਡਿਸਟਰਬ ਕਰਦਾ ਤੇ ਨਹੀਂ ਨਿਕਲਦਾ ਉਹ ਇਬਾਦਤ ਇਬਾਦਤ ਨਹੀਂ ਜਿਹੜੀ ਦੂਸਰੇ ਮੁਸਲਮਾਨ ਨੂੰ ਦੱਸਦਾ ਉਹ ਸਕੇ ਕੋ ਨਹੀਂ ਕੱਢਦੇ ਕੇਵਲ ਅੱਖ ਨੰਬਰਦਾਰਾ ਤੂੰ ਹੀ ਗੱਲ ਸ਼ਾਲਾ ਨਾਲ ਲੱਗ ਰਿਹਾ ਤੇ ਚੱਕਿਆ ਕਿਉਂ ਹੋਈ ਅਗਰ ਗੱਲ ਠੀਕ ਹੈ ਤੇ ਫਿਰ ਸਿੱਧ ਲੈ ਕੇ ਨਹੀਂ ਚੁਣਾ
ایون اتھو تک لکھے ہے شہزادے منڈے تے بیٹھے نے تے نبی پاک آوازاں نوں اونچی کر رہے ہیں جی علماء لکھے سامنے ایک صحابی ملیا نہ لین دی کوئی لوڑ ہو سکتا نعمت مرتب فدا ابھی مومی یا رسول اللہ میرے ماں باپ قربان کیڑی سونی سواری سبحان اللہ پیغمبر فرمائے سواری نہ آکھ نعمت راکب سوار کے نہ چیز نہیں ویکی تھی نسبت غلاف قرآن نہ کیوں چھوڑ دے نسبت میری چادر کیوں نہیں چھوڑ دے اسے شان نال غلاف ہے اسے شان نال میری چادر جس درزی نے غلاف سلائی کی تھی اسے درزی میری چادر سلائی کی جس گھر وچ غلاف ہے اسے گھر وچ میری چادر تے اندر پھر کیوں نہیں بوسا جاندا نہیں کوئی چھوڑ بھائی غلاف قرآن شریف نہ درشن چھو آیا کیوں کو سر ایک کوئی جواب ہے کپڑا نہ بے تھان نہ بے درزی نہ بے دکاندار نہ بے نسبت بے غلاف دے نسبت پاک قرآن نہ بے چادر دے نسبت گناہگار انسان تو بازاروں کپڑے لے آکے بوسے دے دے جائے غلاف بنا دے اسی امام حسین دل جنا بنا کے چوڑیاں سلام کریے ساری واری دل دے میں اڑتالی چاچی چو میں لیلا خریدنا گنبا پنڈ دے گنہگار آجڑی کو نسوار خان دے پٹھان کو میں خریدنا لیلا 40,000 دا اعلان کر دینا 48 وچ لو 48 اگر میں خریدیا جی ایس آجڑی کو دینا نہ قربانی ہے نقل لے مولوی نکل اس نو چوڑا پا تو انسان ہے اے نوانا تو اصل ہے اے نقل ہوں آپ سے قرآن ہے یہ بے زبان خریدے میں تھوڑے پنڈی تو ہے شفیع اصل ہے قربانی بنا لینا انہوں گالی دے دے انہوں صوفی ماں تے ہفتر پھر کہیں جو ماں پتر ہی کھولی جب میں امال گئی جب اپنا پھر کھولا مارے ایتے پڑے گا میرا نبی مولے سرات کو سجدیاں دیا دل دے جنہ جانا لیا سجدے امنا دلال مو تے مارے کو پوچھے گا دو نبیان آتی رہا دلت ہے ایک دی ملت آئے ایک دی امت آئے ملت علیہ اللہ دنبا لیلا پنڈو خرید کے لوں چھوڑا نہیں مارتا میرا امتی ہو کے میرے پتر دے سو جنہوں بٹے کیوں مارتا کی جواب دے گا مولوی علی آنو دے اسماعیل علیہ السلام ابراہیم علیہ السلام دے بیٹے تو میں نو ہاتھ نہیں لایا میرا قتل واجب دے ہاتھ میں لایا کیڑی کتاب وچ میں بھی ہاتھ دے تیرے نبی دا بیٹا حسین دل جنا دے تے بیٹھا رہا او دی صرف نسبت ہے اے دے تے بیٹھا رہے او دی عزت ہے اے دا رستہ کیوں روک دے کی جواب دیو کہ بدوں کا نام لے جاؤ گے میرے ارشو کو رفع سے یہی میں کیوں نہیں پھولے سلام کو پیلن کر دیندے فریشتے ریشو تے لے گئے کفنوں تے جب میں بولی کی لے کے گالا خدا واسطے اپنی یادت مولوی دیا کے لگ کے دو دیو صرف اندازہ رہی کہ جس قوم خالی زل جناح نال اتنا پیار ہے آج کدی رسول کا پتر آپ ہی ہوتے والے پھر بھی بڑے مار لے اللہ اسی عزت اس لیے احترام اس واسطے کر رہے ہیں اس رسول نے پتر نال اگر وفا کیتی اڑکا لیا لیا ہے تے رسول نے بیٹھے دا رہے مہمان مارے گئے نادان مارے گئے جوان مارے گئے اسی ایمان نو بن کے رکھنے قسم خدا دی ندی سواریاں میں پہنچ رہے سرور کائنات دا بیٹا حسین اس نو بن کے نہ رکھنے
بلکہ امام حسین علیہ السلام فرمایا وہ گھوڑا پانی نہ میرا بند کیتے حیوانہ کا دیوانہ جا تو پھر تو کیوں چھوڑ دیتا ہے اپنی بے زبانی چائن کر کے دے کہڑے منہ نال بھی ماں اصغر مگدا نہیں پڑ اس دا نام مرتجی سے زلجلال دا نام زلجلال اس دا لقب زلجلال دو پرو والا یہ پرانے میرے نہیں پہلی باری جس کو زلجلال آکھن والا تیرے میرے نبی کا بیٹا حسین ہے یہ جس نے آکھا نا میں نہیں بچنا ہوں تو ڈر جاتا امام نے یا ڈر جا میں نازل کرنا کی شبیرا دے میں سیدا دے ہو سکے تو سیدا دے یا رسول اللہ پتر میں آج ہی مان کے چلا تھا یہ جس کو زلجلال بنے نام مرتجی سے بچے مر گئے اور تو نہیں ہلتا وہ موقع پہ چکر نے تیر مار تیر مارنے سے گھوڑا ہج کے اپنا پاسا جسے پر لا کے دوروں اج لگا ہی پر اتنے زیادہ تیر لگ چکے سید شہدا سید جو سرکار کہتے ہیں او سل جنا پر لا کے نہیں ہو میں راضی مظلوم کربلا اس ملاؤں کے نگاہ پہ یہ
شبیر حملہ کرن لگے نے تے حق وچ نظر ہے اے سچے جیویں تو جوڑا ہے تو میرے مار دے مار صرف ایک گل دا میں جواب دے تیرا کٹا نقصان کیتے حقیقی نہیں پایا او جس تیرا غازی مار دے او کھلو دے علی اکبر نو مارن والا حسین بن نمیر او کھلو دے انہاں واہنی گیا میں تے 13 سالاں دے ایک لڑکا مارے ایک بچہ مارے تو میرے ال بھج بھج جاوے میں نہیں مان سکدا تو کی ہے تیری ہے نہ نکلے اس نے شفیر دی گردن تے تلوار لگ کے تے نو پہ ہے تو پہ میں لڑکا مارے جد تا میرا قص ماری میں خیمے نہیں جا سکیا مقدل تک گھوڑا نال جی دیوے گی رہی ہے تو پیو مری
اللہ تعالی جگہ بکھائے میری بادشاہ زادی آئی نا صدقہ جد میں پہ رون دے اے سوڑ کے رون دے نو جگہ بکھا جد میں میرا مریدہ دے اندے بہن میں لیے اے مومن جا کے کھانا آل میں اتھو تائیے گوڑا نا آل میں اتھے سیدہ دے لے گوڑا ہون میرا دیا ہون میں بچنا کوئی نہیں ادھر میں نے آخری سا گھل تیرے نا اے ماما دے جوڑ جانا ادھر میں کوئی نہیں جاؤ سیدہ دے میں تیرے شہادت میری پڑی سی شبیہ تیری بن سی اے حسین دا وعدہ ہے تھوڑے نال مرنا ہر شہید دی شہادت ہے داؤد دا ہے اکو غریب میری دی شہادت ہے زلجناب کدی پوچھیا جا علماء اللہ کرے بول حسین دا داؤد کیوں نہیں ہڑتا لیا لے داؤد انہاں دے نکلنے نے جنہاں دا کسے جنازہ پڑھیا سجدے جے شمر کھبا حد حسین دے والے پایا
ਜਪਾਨ ਦੇ ਪਿਓ ਸੁਰਾ ਕੋ ਰੋ ਰੋ ਕੇ ਪਿਆਦੇ ਦੇ ਜੀ।